ਅੱਜ ਇੱਕ ਚੁਣਾਵੀ ਜਲਸਾ ਕਰਾਇਆ ਗਿਆ ਜਿਸ ਦੇ ਵਿੱਚ ਜਨਤਾ ਵੱਲੋਂ ਪੂਰਾ ਹੁਲਾਰਾ ਮਿਲਿਆ ਵਾ, ਕਿਉਂਕਿ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਪੈਣੀ ਹੈ ਉਹ ਨੌਰਥ ਦੇ ਵਿੱਚੋਂ, ਖਾਸ ਕਰਕੇ ਚੌਧਰੀ ਮਦਨ ਲਾਲ ਬੱਗਾ ਜੀ ਦੇ ਕੀਤੇ ਹੋਏ ਵਿਕਾਸ ਕਾਰਜਾਂ ਨੂੰ ਪੈਣੀ ਹੈ, ਕਿਉਂਕਿ ਇਹਨਾਂ ਨੇ ਜਿੰਨੇ ਵੀ ਨੌਰਥ ਦੇ ਕੰਮ ਕੀਤੇ ਨੇ ਪਹਿਲ ਦੇ ਆਧਾਰ 'ਤੇ ਔਰ ਬਹੁਤ ਤੇਜ਼ੀ ਨਾਲ ਕੀਤੇ ਨੇ। ਜੇ ਆਪਾਂ ਦੇਖੀਏ ਹੋਰ ਵੀ ਬੰਦੇ ਪਹਿਲਾਂ ਸਰਕਾਰਾਂ ਦੀਆਂ, ਜਿਹੜਾ ਵਿਕਾਸ ਹੈ ਉਹ ਇਕੱਲਾ ਪੈਸਿਆਂ ਨਾਲ ਨਹੀਂ ਹੁੰਦਾ, ਉਹ ਜਜ਼ਬੇ ਨਾਲ ਹੁੰਦਾ। ਉਹ ਜਜ਼ਬਾ ਜਿਹੜਾ ਵਾ ਉਹ ਸਾਡੇ ਚੌਧਰੀ ਮਦਨ ਲਾਲ ਬੱਗੇ 'ਚ ਹੈ, ਸ਼ੋਰ ਪ੍ਰੈਸ਼ਰ ਪੱਪੀ 'ਚ ਹੈ, ਔਰ ਇਸ ਵਿਕਾਸ ਦੀ ਲੜੀ ਨੂੰ ਲੁਧਿਆਣਾ ਵਾਸੀ ਅੱਗੇ ਵਧਾਉਂਦੇ ਹੋਏ ਝਾੜੂ ਦੇ ਬਟਨ ਦੇ ਉੱਤੇ ਹੀ ਵੋਟਾਂ ਪਾਉਣਗੇ, ਔਰ ਵਾਰਡ ਨੰਬਰ 70 ਦਾ ਵੀ ਆਸ਼ਵਾਸਨ ਦਵਾਉਂਦੇ ਹਾਂ ਕਿ ਇਹਦੀ ਇੱਕ ਇੱਕ ਵੋਟ ਜਿਹੜੀ ਹੈ ਉਹ ਝਾੜੂ ਦੇ ਬਟਨ 'ਤੇ ਲੱਗੇਗੀ, ਔਰ ਘੱਟੋ ਘੱਟ ਨਹੀਂ ਅਤੇ 3-4 ਦੀ ਲੀਡ ਦੇ ਉੱਤੋਂ ਵਾਰਡ ਨੰਬਰ 70 ਜਿਹੜਾ ਅਸੀਂ ਜਿੱਤਾਂਗੇ। ਬੱਗਾ ਜੀ ਦੇ ਨੌਰਥ ਹਲਕੇ ਦੇ ਵਿੱਚ ਅੱਜ ਇਹ ਦੂਸਰਾ ਫੰਕਸ਼ਨ ਆ ਦੀਪਨਗਰ 'ਚ, ਔਰ ਸਾਰੇ ਇਲਾਕੇ ਦੇ ਲੋਕ ਜਿਹੜੇ ਆ ਬੱਗਾ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਬਹੁਤ ਖੁਸ਼ ਨੇ। ਅੱਜ ਮੈਨੂੰ ਬਹੁਤ ਭਰਮਾ ਹੰਗਾਰਾ ਦੋਨੇ ਫੰਕਸ਼ਨਾਂ 'ਤੇ ਮਿਲਿਆ ਵਾ। ਇਹ ਬੌਬੀ ਜੀ ਸਾਰੇ ਜਿੰਨੇ ਵੀ ਇਹਦੇ ਵਲੰਟੀਅਰ ਸਾਥੀ ਆ ਸਾਰੇ ਬਹੁਤ ਮਿਹਨਤ ਕਰ ਰਹੇ ਆ, ਔਰ ਇਹਨਾਂ ਦੀ ਆਵਾਜ਼ ਬਣ ਕੇ ਲੋਕ ਸਭਾ 'ਚ ਜਾਣਾ ਤੈਅ ਆ। ਮੱਲੇ ਦੀਆਂ ਜਿਹੜੀਆਂ ਰਾਜਨੀਤੀਆਂ ਨੇ ਨਾ ਉਹ ਖਤਮ ਹੋ ਚੁੱਕੀਆਂ ਹੋਈਆਂ ਨੇ। ਉਹ ਵਿਚਾਰੀ ਇੱਕ ਸਾਲ ਉੱਥੇ ਬੈਠੀ ਰਹੀ ਸਾਡੀ ਕੁੜੀ, ਉਹ ਜਿਹੜੀ ਬਲਾਤਕਾਰ ਜੀ ਦਾ ਕੇਸ ਆ ਇਹਦੇ 'ਤੇ, ਉਹ ਹੁਣ ਕਾਂਗਰਸ ਦੇ ਵਿੱਚ ਕੀ ਦੱਸੂਗੇ, ਉਹ ਵੋਟਾਂ ਮੰਗੂਗੇ। ਅੱਜ ਕਾਂਗਰਸ ਲੋਕਾਂ ਨੇ ਦਰਵਾਜ਼ੇ ਨਹੀਂ ਖੋਲ੍ਹਣੇ ਧੀਆਂ ਭੈਣਾਂ ਨੇ।